ਪੱਲਾ ਵਾਲਾ ਮੰਨਾ ਕਹਿੰਦੇ ਪਹਿਲੀ ਰੇਡ ਪਾਉਣ ਦੇ ਲਈ ਤਿਆਰ ਤੇ ਸਾਹਮਣੇ ਚਾਰ ਜਾ ਸੀ ਭਿੰਡਰਾਂ ਦੇ ਤਾਂ ਫਾਈਨਲ ਮੈਚ ਹੈ ਇਹ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਾਫੀ ਅੜਨਗੇ ਪੂਰੇ ਪਹਾੜ ਬਣ ਕੇ ਰੇਡਰ ਨੱਸਣਗੇ ਵਾਂਗਰਾ ਪਾਉਣ ਦੇਖੋ ਸਿੰਘ ਕੁੰਡੀਆਂ ਦੇ ਦੋਸਤ ਫਸਣ ਲੱਗੇ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਦੇਖੋ ਦੁਨੀਆਂ ਦੇਖ ਰਹੀ ਹੈ ਉਹ ਮੰਨੇ ਦੀ ਰੇਡ ਸੁੱਖਾ ਭਿੰਡਰਾ ਵਾਲਾ ਸੁੱਖਾ ਤੇ ਪੰਨਾ ਮੰਨਾ ਤੇ ਸੁੱਖਾ ਸੁੱਖਾ ਤੇ ਪੰਨਾ ਪੁਆਇੰਟ ਰੇਡਰ ਦਾ ਖੁੱਲੇ ਹਿਲਾ ਰਿਹਾ ਚੋਟ ਆ ਗਿਆ ਤੇ ਸੁੱਖਾ ਕਰੂ ਗੱਲ ਵਾਹ ਉਧਰ ਕਹਿੰਦੇ ਪ੍ਰੇਮੀ ਪੰਡਤ ਨਜ਼ਾਰਾ ਢੱਕ ਰਿਹਾ ਸਾਹਮਣੇ ਖੜਾ ਇੱਧਰ ਮੇਰੇ ਵੀਰੋ ਭਿੰਡਰਾ ਵਾਲੇ ਜੋਤ ਨੇ ਕਬੱਡੀ ਪਾ ਦਿੱਤੀ ਹੈ ਇਹ ਫਾਈਨਲ ਮੈਚ ਜਿਹੜਾ ਅੱਜ ਖੇਡਿਆ ਜਾ ਰਿਹਾ ਹੈ ਉਧਰ ਜੋਤ ਵੀ ਭਿੰਡਰਾ ਦਾ ਤੇ ਬੱਬੂ ਵੀ ਭਿੰਡਰਾ ਦਾ ਤੇ ਪੁਆਇੰਟ ਵੀ ਮੇਰੇ ਵੀਰੋ ਇੱਧਰ ਮੇਰੇ ਖਿਆਲ ਦੇ ਵਿੱਚ ਭਿੰਡਰਾ ਦਾ ਨਹੀਂ ਗਾ ਇਹ ਪੁਆਇੰਟ ਜਾਫੀ ਦਾ ਹੈ ਪੁਆਇੰਟ ਬੱਬੂ ਦਾ ਹੈ ਅਗਲੀ ਕਬੱਡੀ ਜੱਸੀ ਪਾਵੇਗਾ ਕਿ ਜਿਗਰੇ ਬਗੈਰ ਇੱਥੇ ਪੈਂਦੀਆਂ ਨਾ ਰੇਡਾਂ ਨੇਰਿਆਂ 'ਚ ਤੀਰ ਵੀ ਚਲਾਉਣੇ ਪੈਂਦੇ ਨੇ ਸੌਖੇ ਨਹੀਂ ਉਹ ਹੁੰਦੇ ਇਤਿਹਾਸ ਰਚਨੇ ਮੱਥੇ ਚੋਟੀ ਦੀਆਂ ਟੀਮਾਂ ਨਾਲ ਲਾਉਣੇ ਪੈਂਦੇ ਨੇ ਇੱਕ ਪਾਸੇ ਕਹਿੰਦੇ ਸੁੱਖਾ ਹੈ ਤੇ ਨਾਲ ਰਾਜੂ ਹੈ ਖੋਸੇ ਕੋਟਲੇ ਵਾਲਾ ਸੱਚਖੰਡ ਵਾਸੀ ਸੰਤ ਬਾਬਾ ਫਤਿਹ ਸਿੰਘ ਜੀ ਦਾ ਗਰਾਈ ਹੈ ਨਿਰਮਲ ਕਲੇਰ ਦਾ ਗਰਾਈ ਹੈ ਗਿੱਲ ਇਹ ਆ ਗਿੱਲ ਕਹਿੰਦੇ ਇੱਟਗੜ ਵਾਲਾ ਤਕੜਾ ਜੱਫਾ ਲਾ ਗਿਆ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹੈ ਬੈਸਟਾਂ ਨੂੰ ਮੋਟਰਸਾਈਕਲ ਕਹਿੰਦੇ ਭਿੰਡਰਾਂ ਦਾ ਰਬਨ ਆ ਗਿਆ ਰੇਡ ਪਾਉਣ ਦੇ ਲਈ ਭਿੰਡਰਾਂ ਦਾ ਰਬਨ ਮੈਚ ਤਕੜਾ 14:15 ਇੱਧਰ ਨਾਨਕ ਸਾਹਿਬ ਵਾਲੇ ਬਾਬਾ ਜੀ ਦੱਸ ਰਿਹਾ ਵੀ 14:15 ਪੁਆਇੰਟ ਹੋਣਗੇ ਬਾਬਾ ਜੀ ਕਹਿ ਰਿਹਾ ਤਾਂ ਉਹ ਦੇਖੋ ਵੀ ਅਗਲੀ ਰੇਡ ਚੱਕਾ ਭਾਣੂਕੇ ਵਾਲਾ ਉਹ ਭੱਲੇ 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 ਐਨ ਜੱਗੇ ਨੇ ਧੰਨ ਧੰਨ ਕਰਵਾ ਦਿੱਤੀ ਹੈ ਪੰਨਾ ਆ ਗਿਆ ਤੇ ਸੁੱਖਾ ਕਰੂ ਗੱਲ ਵਾਹ ਉਧਰ ਕਹਿੰਦੇ ਜੀਤਾ ਬੱਲਾ ਵਾਲਾ ਵੀ ਆਪਣੀ ਛਾਪ ਚ ਬੈਠਾ ਮੈਚ ਦੇਖ ਰਿਹਾ ਹੈ ਇਹ ਹੈ ਸੁਰਾਏ ਗਾਓ ਵਾਲਾ ਮੇਰੇ ਵੀਰੋ ਉਧਰ ਫੁੱਗੀ ਪੁਰੀਆਂ ਨੇ ਕਹਿੰਦੇ 3 ਕਬੱਡੀਆਂ ਤੇ 1000 ਲਗਾਇਆ ਹੋਇਆ ਹੈ 1000 ਰੁਪਈਆ ਇਹ ਹੈ ਪੰਨਾ ਮੇਰੇ ਵੀਰੋ ਇਹ ਦੂਜੀ ਰੇਡ ਪੈ ਚੁੱਕੀ ਹੈ ਦੇਖੋ ਕੌਣ ਦੋ ਹੱਥ ਕਰੇਗਾ ਇਹ ਹੈ ਭਿੰਡਰਾ ਵਾਲਾ ਸੁੱਖਾ ਪਰ ਨਹੀਂ ਰੇਡਰ ਦਾ ਅਗਲੀ ਰੇਡ ਇੱਧਰ ਲਵਲੀ ਸਰਪੰਚ ਗੱਜਣ ਵਾਲਾ ਤੇ ਬਜੀਤ ਚੰਦ ਨਵੇਂ ਵਾਲਾ ਸਾਡਾ ਬਾਈ ਕਹਿੰਦਾ ਵੀ ਜੱਸੀ ਤੇ ਮੰਨੇ ਦਾ ਹਰ ਪੁਆਇੰਟ 2-2-2-2 ਦਾ ਹੋਣਾ ਤਾਂ ਅਗਲੀ ਰੇਡ ਮੰਨਾ ਫੇਰ ਆ ਗਿਆ ਤੀਜੀ ਰੇਡ 1000 ਦੀ 1000 ਦੀ ਤੀਜੀ ਰੇਡ ਆ ਗਈ ਹੈ ਜੇ ਜੱਫਾ ਲੱਗ ਗਿਆ 1000 ਜਾਫੀਆਂ ਦਾ ਤੇ ਜੇ ਮੰਨਾ ਪੁਆਇੰਟ ਲੈ ਗਿਆ 1000 ਮੰਨੇ ਦਾ ਤਾਂ 1000 ਦੀ ਰੇਡ ਫਾਈਨਲ ਮੈਚ ਬੈਸਟਾਂ ਨੂੰ ਮੋਟਰਸਾਈਕਲ ਜੰਦ ਪੁਰਾਣੇ ਦੀ ਧਰਤੀ ਜਿਹੜਾ ਮੋਗਾ ਤੇ ਫੈਸਲਾ ਹੋ ਗਿਆ ਹੈ ਕਿ ਜਿੱਤ ਦੇ ਨਾ ਫੈਸਲੇ ਅਧੂਰੇ ਰਹਿਣਗੇ ਫਾਈਨਲ ਮੈਚ ਹੈ ਪਟਾਕੇ ਪੈਣਗੇ ਫਾਈਨਲ ਮੈਚ ਹੈ ਪਟਾਕੇ ਪੈਣਗੇ ਉਧਰ ਰਮਣੇ ਨੇ ਕਬੱਡੀ ਪਾ ਦਿੱਤੀ ਹੈ ਕਰਮਜੀਤ ਕਨੇਡਾ ਵੱਲੋਂ ਇੱਕ ਮੋਟਰਸਾਈਕਲ ਆ ਜੱਗੇ ਕਨੇਡਾ ਵੱਲੋਂ ਸਵਰਗਵਾਸੀ ਬਖਤਿਆਰ ਸਿੰਘ ਦੇ ਪਰਿਵਾਰ ਵੱਲੋਂ ਜੱਗਾ ਬਲਜੀਤ ਮੈਂਬਰ ਗੋਗੀ ਕਨੇਡਾ ਬੱਲਾ ਵਾਲੇ ਬੰਨੇ ਦੇ ਲਈ 1000 ਬੰਨੇ ਦੇ ਲਈ 1000 ਦਾ ਵੀ ਬਾਈ ਪਹੁੰਚਦੇ ਕਰਦੀ ਤਾਂ ਅਗਲੀ ਰੇਡ ਐਨ ਕੁੰਡੀਆਂ ਦੇ ਸਿੰਘ ਫਸੇ ਹੋਏ ਹੈ ਫੈਸਲੇ ਮੋਟਰਸਾਈਕਲਾਂ ਦੇ ਹੈ ਫੈਸਲੇ ਮੋਟਰਸਾਈਕਲਾਂ ਦੇ ਲਵਲੀ ਸਰਪੰਚ ਨੂੰ 500 ਆ ਗਿਆ ਇੱਧਰ ਕਹਿੰਦੇ ਜੱਸੀ ਦੀ ਰੇਡ ਲੈ ਵੀ ਸੁੱਖੇ ਕਰ ਗੱਲ ਉਧਰ ਜੱਸੀ ਨੇ ਕਬੱਡੀ ਪਾ ਦਿੱਤੀ ਹੈ ਇਹ ਆ ਰਾਜੂ ਖੋਸੇ ਕੋਟਲੇ ਦੀ ਧਰਤੀ ਦਾ ਪਰ ਪੁਆਇੰਟ ਰੇਡਰ ਦਾ ਰੇਡ ਜੋਤ ਦੀ ਹੈ ਕਿ ਪੈਂਦੀਆਂ ਨੇ ਰੇਡਾਂ ਜਦੋਂ ਜੱਫੇ
ਸੁਖਿਆ ਲਫੇੜੇ ਵੱਜਦੇ ਵੱਜੇ ਜਦੋਂ ਧੌਲ ਵੱਲ ਪੈਂਦਾ ਧੌਣ ਨੂੰ ਕਰਦਾ ਨੀ ਚਿੱਤ ਫਿਰ ਰੇਡਾ ਪਾਉਣ ਨੂੰ ਕਰਦਾ ਨੀ ਚਿੱਤ ਫਿਰ ਵੀ ਸੁੱਕੇ ਸੱਪਾ ਵੀ ਨਾ ਲਓ ਬੰਦੇ ਦੇ ਲਈ 100 ਆ ਗਿਆ ਹੈ 500 ਭੰਦਾ ਸਿੰਘ ਜੀ ਸਰਪੰਚ ਸਾਹਿਬ ਸਾਬਕਾ ਸਰਪੰਚ ਉਹਨਾਂ ਵੱਲੋਂ ਕਿਹਦੇ ਲਈ ਬਈ ਕਾਕੇ ਦੇ ਜੱਫੇ ਦੇ ਹੈ ਉਹ ਬੱਲਾ ਵਾਲੇ ਬੰਦੇ ਦੀ ਰੇਡ ਮੋਟਰਸਾਈਕਲ ਦਾ ਫੈਸਲਾ ਜੋਤ ਨੂੰ ਡੱਕ ਕੇ ਵਿਖਾਵੇ ਇਹ ਜੱਗਾ ਤੇ ਜੋਤ ਹਾਣੋ ਹਾਣੀ ਹਾਣੋ ਹਾਣੀ ਹਾਣੋ ਹਾਣੀ ਵਾਹ ਵਾਈਟ ਰੇਡਰ ਦਾ ਵਾਈਟ ਰੇਡਰ ਦਾ ਆ ਚੱਲਿਆ ਮੰਨਾ ਮੇਰੇ ਵੀਰੋ ਸਰਪੰਚ ਸਾਡਾ ਬਾਈ ਕਹਿੰਦਾ ਵੀ ਕਾਕਾ ਜੱਫਾ ਲਾਊ ਤਾਂ 5000 ਚੰਦਾ ਵਾਲਾ ਕਾਕਾ ਜੱਫਾ ਲਾਊ 5000 ਦੇਣਾ ਬੱਲਾ ਵਾਲੇ ਬੰਨੇ ਦੀ ਯੁੱਧਵੀਰ ਦਾ 7000 ਦਾ ਜੱਫਾ ਹੋਵੇਗਾ 7000 ਦਾ ਬੱਬੂ ਆ ਢਿੰਡਰਾਂ ਵਾਲਾ ਕਹਿੰਦੇ ਧੱਕੇ ਮਾਰ ਮਾਰ ਕੇ ਗਰਾਊਂਡ ਚੋਂ ਬਾਹਰ ਕੱਢ ਦਿੱਤਾ ਤੇ ਨੰਬਰ ਕਹਿੰਦੇ ਚੰਦਾ ਦੀ ਟੀਮ ਦੇ ਹਿੱਸੇ ਜਾ ਜੁੜਿਆ ਦੀ ਧਰਤੀ ਦਾ ਬੱਲੇ ਬੱਲੇ ਕਰਵਾ ਗਿਆ ਜੋ ਦੀ ਰੇਡ ਰਵੀ ਬਾਈ ਸੁੱਖੇ ਕਰ ਗੱਲ ਵਾਹ ਉਧਰ ਕਾਕਿਆ 7000 ਦਾ ਜੱਫਾ ਹੋਵੇਗਾ 5000 ਕਾਲਾ ਬੋਟਰਾ ਵਾਲਾ 1000 ਯੁੱਧ ਵੀਰ ਹੈ ਪਰ ਨਹੀਂ ਦੂਜੇ ਪਾਸੇ ਜੱਗਾ ਜੱਗਾ ਜੱਟ ਨੀ ਕਿਸੇ ਨੇ ਵਰ ਜਾਣਾ ਤੇ ਘਰ ਘਰ ਉੱਤ ਜੰਮਦੇ ਜੱਗਾ ਜੱਟ ਨੀ ਕਿਸੇ ਨੇ ਵਰ ਜਾਣਾ ਲੋ ਮਾਣੂਕੇ ਵਾਲੇ ਨੇ ਕਹਿੰਦੇ ਲਓ ਜੀ ਲਵਲੀ ਸਰਪੰਚ ਵੱਲੋਂ 500 ਰੁਪਇਆ ਜੱਗੇ ਦੇ ਲਈ ਹੈ ਇੱਧਰ ਕਹਿੰਦੇ ਬੰਨੇ ਨੇ ਕਬੱਡੀ ਪਾ ਦਿੱਤੀ ਹੈ ਯੁੱਧਵੀਰਾਂ ਨਾਲ ਬਲਜੀਤ ਨੂੰ ਵੀ 1000 ਦੇ ਦੇਣਾ ਹੈ ਹਰ ਪੁਆਇੰਟ ਇੱਧਰ ਬੰਨੇ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਮਿੱਤਰਾ ਆ ਚੱਲਿਆ ਜੱਗਾ ਮੇਰੇ ਵੀਰੋ ਕਬੱਡੀ ਪਾਉਣ ਕੇ ਪੈਰਾਂ ਥੱਲੇ ਅੱਗ ਮੱਚੇ ਬਾਹਾਂ ਚ ਤੂਫਾਨ ਹੋਵੇ ਗੱਜ ਚੌੜੀ ਛਾਤੀ ਹੋਵੇ ਟੌਲਿਆਂ ਤੇ ਮਾਣ ਹੋਵੇ ਫੇਰ ਜਾ ਕੇ ਦੁਨੀਆਂ ਚ ਹੋਵੇ ਚਰਚਾ ਮੁੰਡਾ ਭੱਜਦਾ ਨੀ ਉੱਥੋਂ ਸੁਖਿਆ ਵਾਹ ਇੱਧਰ ਬੰਨੇ ਨੂੰ 500 ਰੁਪਇਆ ਬੱਬੂ ਭਿੰਡਰਾ ਵਾਲਾ ਮੋਟਰਸਾਈਕਲ ਮੈਨੂੰ ਲੱਗਦਾ ਵੀ ਚੰਦਾ ਦੀ ਟੀਮ ਵਾਲੇ ਪਾਸੇ ਜਾ ਰਹੇ ਹੈ ਤੁਹਾਡੇ ਮੋਟਰਸਾਈਕਲ ਕਹਿੰਦੇ ਚੰਦਾ ਵਾਲੇ ਕਹਿੰਦੇ ਲਿਜਾਣ ਦੇ ਵੱਲ ਵੱਧ ਰਹੇ ਹੈ ਮੈਂ ਵੀ ਭਿੰਡਰਾ ਵਾਲੇ ਮੋਟਰਸਾਈਕਲ ਮੋਟਰਸਾਈਕਲ ਹੱਥੋਂ ਜਾ ਰਹੇ ਹੈ ਚੰਦ ਨਵੇਂ ਵਾਲੇ ਸਰਪੰਚ ਸਾਹਿਬ ਮਾਣੂ ਕਿਆ ਬੜੇ ਜੱਸੇ ਦੇ ਇਹਦੇ ਲਈ ਜੀ
ਜੱਗੇ ਦੇ ਲਈ 500 ਰੁਪਏ ਦੇ ਮਾਣ ਹੈ, ਇਹ ਪੈਸੇ ਬਾਈ ਜੀ ਨਾਲ ਦੀ ਨਾਲ ਫੜੀ ਜਾਓ। ਉਧਰ ਬੱਬੂ ਪਿੰਡਰ ਦੇ ਲਈ 1,000 ਰੁਪਈਆ, ਸਭਾ ਮਨੀਲਾ ਲਾ ਦੀ ਉਧਰ ਲੱਗਿਆ ਹੋਇਆ ਜੱਫਾ। ਇਕਬਾਲ ਖੇਲ ਹੈ ਮੇਰੇ ਵੀਰੋ, ਸਾਡਾ ਵੀਰ ਜਿਹਨੇ ਜੱਫਾ ਲਾ ਦਿੱਤਾ ਹੈ ਆਹ ਬੱਬੂ ਪਿੰਡਰ ਦਾ। 1,000 ਰੁਪਏ ਦੇ ਮਾਣ ਜਿਹੜੇ ਮੇਰੇ ਕੋਲੇ ਆਏ ਫੜ ਲਓ ਬੱਬੂ ਪਿੰਡਰ। ਕਾਕਾ ਦੇ ਜੋਤ ਕਾਕੇ ਦੇ ਕਹਿੰਦੇ 1,000 ਰੁਪਇਆ ਲੱਗਾ ਹੋਇਆ ਜੇ ਜੱਫਾ ਲਾਊ ਤਾਂ, ਪਰ ਨੰਬਰ ਰੇਂਡਰ ਦੇ ਹਿੱਸੇ ਲਓ। ਮੰਨਾ ਆ ਗਿਆ ਕਹਿੰਦੇ ਪੱਲ ਨੌ ਦੀ ਧਰਤੀ ਦਾ, ਪੱਲ ਨੌ ਦੀ ਸਾਬਕਾ ਸਰਪੰਚ ਭਾਟਾ ਸਿੰਘ ਜੀ, ਉਹਨਾਂ ਵੱਲੋਂ ਕਾਕੇ ਦੇ ਜੱਫੇ ਦੇ ਵੱਡੇ ਮਾਣ ਹੋਣਗੇ। ਮੈਂ ਵੀ ਕਾਕਾ 1,000 ਰੁਪਇਆ ਲੱਗ ਗਿਆ ਬੰਦੇ ਦੀ ਰੋਡ ਤੇ 9,000 ਰੁਪਇਆ ਰੋਡਿਆ ਰਿਹਾ। ਪਰ ਇੱਧਰ ਕਹਿੰਦੇ ਸੁੱਖਾ ਕਹਿੰਦਾ ਮੈਂ ਜੱਗੇ ਦਾ ਵੇਚ ਲਵਾਂਗਾ। ਹਰ ਕੁਆਟ ਰੇਲੇ ਲਾ ਜੀ ਉਧਰ ਢਿੰਡਰਾਂ ਦੇ ਨੰਬਰ 7 ਤੇ ਚੰਦ ਨਵੇਂ ਦੇ 14.5।